केंद्र सरकार वालों पास किए गए तीन खेती कानूनों को लेकर अज बटाला दे विच पंजाबी गायकों की अगवाई में बहुत वड्डा इकट्ठ होया है। काबल सरूप वाले जिहड़े गीतकार ने वो अज इत्थे पहुंचे ने, उन्हां नाल गलबात करन दी कोशिश करदे आ। क्यों इकट्ठ करना पिया जी, क्यों इकट्ठ करना पिया जिन्ना जरूर पैना जिन्ना जूथ जिन्ने लोग ਪੰਜਾਬੀ ਇੰਡਸਟਰੀ ਦੇ ਵਿੱਚ ਇਹ ਸਾਰੇ ਕਲਾਕਾਰ ਭਰਾ ਨਹੀਂਗੇ, ਇਹ ਸਾਰੇ ਕਿਸਾਨ, ਇਹ ਸਾਰੇ ਜੱਟ ਭਰਾਵਾ, ਇਹ ਸਾਰੇ ਮਜ਼ਦੂਰ ਆ, ਇਹ ਸਾਰੇ ਹੀ ਆਪਣੇ ਜ਼ਿੰਮੇਦਾਰ ਆ। ਸੋ ਜਿੱਥੋਂ ਤੱਕ ਜਾਊਗੀ, ਜਿੱਥੋਂ ਤੱਕ ਸਾਰੇ ਲੋਕ ਨਾਲ ਚੱਲਣਗੇ, ਇਹ ਜਿੱਥੋਂ ਤੱਕ ਇੱਜ਼ਤ ਤੱਕ ਸਾਡੇ ਕੋਲੋਂ ਥਾਵਾ ਨਹੀਂ ਲੱਗਦਾ, ਉੱਥੋਂ ਤੱਕ ਜਾਣਗੇ। ਨਹੀਂ ਜੀ, ਜੇ ਪੱਕ ਝੁੰਦਾ ਤਾਂ ਇੰਨੇ ਲੋਕ, ਇੰਨੇ ਕਲਾਕਾਰ ਜਾਂ ਇੰਨੇ ਸਾਡੇ ਕਲਾਕਾਰ ਭਰਾ ਜਾਂ ਇੰਨੇ ਲੋਕਾਂ ਨੂੰ ਆਪਣੇ ਕੰਮ ਛੱਡ ਕੇ ਇੰਨੀਆਂ ਧੁੱਪਾਂ ਦੇ ਵਿੱਚ ਖੜਨ ਦੀ ਕੀ ਲੋੜ ਜੀ? ਕੋਈ ਵੀ ਵੇਲਾ ਨਹੀਂ ਹੈਗਾ। ਸੋ ਇਹ ਤੁਹਾਨੂੰ ਲੱਗਦਾ ਕਰ ਰਿਹਾ, ਜਿਹੜੇ ਬੰਦੇ ਸਾਨੂੰ ਗੁੰਮਰਾਹ ਕਰਦੇ ਆ, ਸਰਕਾਰਾਂ ਜਾਂ ਪਾਰਟੀਆਂ ਗੁੰਮਰਾਹ ਕਰਦੀਆਂ ਵਾ, ਉਹ ਸਾਨੂੰ ਜਾਣ ਬੁੱਝ ਕੇ ਗੁੰਮਰਾਹ ਕਰਦੀਆਂ ਵਾ ਕਿ ਇਹਨਾਂ ਨੂੰ ਪਤਾ ਨਾ ਲੱਗੇ। ਜਦ ਨੂੰ ਸਾਨੂੰ ਪਤਾ ਲੱਗਣਾ, ਉਦੋਂ ਨੂੰ ਸਾਡੇ ਸਿਰ ਤੋਂ ਪਾਣੀ ਲੰਘ ਗਿਆ ਹੋਣਾ। ਇਹ ਸਾਰੇ ਘਰਾਂ ਮਚੋਲੀ ਹੁੰਦੇ ਆ ਜੀ, ਜਿਹੜੇ ਉਹਨਾਂ ਦੀ ਹਾਂ ਦੇ ਵਿੱਚ ਹਾਂ ਮਿਲਾਉਂਦੇ ਆ, ਉਹਨਾਂ ਨੂੰ ਇਕੱਲਾ ਆਪਣੀ ਪਾਰਟੀ ਦਾ ਫਾਇਦਾ ਦੇਖਦਾ, ਆਪਣੀ ਚੌਧਰ ਦੇਖਦੀ ਆ, ਉਹਨਾਂ ਨੂੰ ਸੱਚੀ ਨਹੀਂ ਦੇਖਦਾ, ਕਿਉਂਕਿ ਉਹਨਾਂ ਨੇ ਆਪਣੇ ਸਾਰਾ ਕੁਝ ਸੈੱਟ ਹੈ। ਜੇ ਨਹੀਂ ਸੈੱਟ ਤਾਂ ਉਹਨਾਂ ਨੂੰ ਲੱਗਦਾ ਹੀ ਕਰ ਲੈਣਾ, ਪਰ ਅਗਰ ਵਿੱਚ ਇਹ ਵੀ ਡੁੱਬਦੇ ਆ ਤਾਂ ਸਾਨੂੰ ਵੀ ਲੈ ਕੇ ਡੁੱਬਣਗੇ, ਪਹਿਲਾਂ ਵੀ ਲੈ ਕੇ ਡੁੱਬਦੇ ਰਹੇ। ਦੂਜੀ ਗੱਲ ਇੱਥੇ ਮੇਰੀ ਗੱਲ, ਅਸਲ ਵਿੱਚ ਇੰਡਸਟਰੀਆਂ ਜਿਹੜੀਆਂ ਵਾ ਇਹ ਸਰਕਾਰਾਂ ਜਿਹੜੀਆਂ ਇਹ ਖਰੀਦਦੀਆਂ ਵਾ। ਕਾਬਲ ਸਰੂਪ ਵਾਲੀ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਪੰਜਾਬੀ ਗੀਤਕਾਰ ਨੇ ਬਹੁਤ ਤਿੱਖੇ ਗੀਤ ਲਿਖਦੇ ਨੇ, ਜਿਹੜਾ ਬੈਂਡ ਗਾਣਾ ਰਣਜੀਤ ਬਾਵਾ ਦਾ ਉਹ ਵੀ ਇਹਨਾਂ ਦੇ ਵੱਲੋਂ ਲਿਖਿਆ ਗਿਆ। ਕਾਫੀ ਇਹਨਾਂ ਦੀ ਜਿਹੜੀ ਲੇਖਣੀ ਹੈ ਉਸ ਨੂੰ ਤਿੱਖੀ ਮੰਨਿਆ ਜਾਂਦਾ ਸਰਕਾਰਾਂ ਤੇ, ਤਾਂ ਜੋ ਉਹ ਆਪਣੀ ਲੇਖਣੀ ਵਿੱਚ ਵੀ ਕੱਸਦੇ ਰਹਿੰਦੇ ਨੇ, ਅਤੇ ਅੱਜ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਬਟਾਲਾ ਦੇ ਵਿੱਚ ਪੰਜਾਬੀ ਗਾਇਕਾਂ ਦੇ ਵੱਲੋਂ ਬਹੁਤ ਵੱਡਾ ਇਕੱਠ ਕੀਤਾ ਗਿਆ। ਰਣਜੀਤ ਬਾਵਾ, ਲੱਖਾ ਸਧਾਣਾ, ਦੀਪ ਸਿੱਧੂ, ਹਰਪੈਣ ਮਾਨ, ਰਵਿੰਦਰ ਗਰੇਵਾਲ ਗਾਇਕਾਂ ਦੇ ਨਾਲ ਆਵਾਂਗੇ ਤਾਂ ਬਹੁਤ ਜ਼ਿਆਦਾ ਗਾਇਕ ਇੱਥੇ ਪਹੁੰਚਣੇ ਇਕੱਠ ਕੀਤਾ ਗਿਆ ਹੈ। ਖੇਤੀ ਕਾਨੂੰਨਾਂ ਦੇ ਖਿਲਾਫ ਕਹਿੰਦੇ ਨੇ ਕਿ ਸੰਘਰਸ਼ ਉਨੀ ਦੇਰ ਤੱਕ ਜਾਰੀ ਰਹੇਗਾ ਜਿੰਨੀ ਦੇਰ ਤੱਕ ਇਹ ਕਾਨੂੰਨ ਵਾਪਸ ਨਹੀਂ ਲਏ ਜਾਂਦੇ।